ਪਟਿਆਲਾ ਵਿੱਚ ਕਾਲੀ ਮਾਤਾ ਮੰਦਿਰ ਵਿਖੇ ਸ਼ਿਵ ਸ਼ਕਤੀ ਸੇਵਾ ਚੈਰੀਟੇਬਲ ਟਰੱਸਟ ਵੱਲੋਂ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ, ਜਿਸ ਵਿੱਚ ਤਕਰੀਬਨ 150 ਵਿਅਕਤੀਆਂ ਨੇ ਖੂਨਦਾਨ ਕੀਤਾ। ਇਸ ਤੇ SSP ਮਨਦੀਪ ਸਿੰਘ ਸੰਧੂ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਇੰਨੀ ਮਾਤਰਾ ਵਿੱਚ ਖੂਨਦਾਨ ਦੇਣਾ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਅਜਿਹੇ ਧਾਰਮਿਕ ਸਥਾਨਾਂ ਤੇ ਜਦੋਂ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਨੇ ਤਾਂ ਲੋਕ ਵੀ ਆਸਥਾ ਨਾਲ ਵੱਧ ਚੜ ਕੇ ਹਿੱਸਾ ਲੈਂਦੇ ਨੇ। ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ। ਅੱਜ ਕਾਲੀ ਮਾਤਾ ਮੰਦਿਰ ਵਿਖੇ ਸ਼ਿਵ ਸ਼ਕਤੀ ਸੇਵਾ ਚੈਰੀਟੇਬਲ ਟਰੱਸਟ ਵੱਲੋਂ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ ਸੀ ਅਤੇ ਉਹਦੇ ਵਿੱਚ ਕੋਈ 100-125 ਦੇ ਜਿਹੜੇ ਬਲੱਡ ਡੋਨੇਸ਼ਨ ਕੀਤਾ। ਇਹ ਬਹੁਤ ਹੀ ਮੁਬਾਰਕ ਵਾਲੀ ਗੱਲ ਹੈ ਅਤੇ ਇਹਦੇ ਵਿੱਚ ਸਪੈਸ਼ਲ ਖਾਸ ਤੌਰ 'ਤੇ ਜਦੋਂ ਧਾਰਮਿਕ ਥਾਵਾਂ ਦੇ ਵਿੱਚ ਜਿਹੜੀ ਇਹੋ ਜਿਹੇ ਲੋਕ ਭਲਾਈ ਵਾਲੇ ਕੰਮ ਜਾਂ ਨਾਲ ਆਸਥਾ ਵੀ ਹੁੰਦੀ ਹੈ, ਸ਼ਰਧਾ ਵੀ ਹੁੰਦੀ ਹੈ ਅਤੇ ਉਹਦੇ ਨਾਲ ਇਹ ਕੰਮ ਕੀਤਾ ਜਾਂਦਾ, ਲੋਕ ਬੜਾ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ। ਮੈਂ ਇਸ ਗੱਲ ਦੇ ਵਿੱਚ ਇਹਨਾਂ ਸਪੈਸ਼ਲ ਸੱਦੇ 'ਤੇ ਇਹਨਾਂ ਦੇ ਆਇਆ ਅਤੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ ਹੈ ਕਿ ਇੱਕ ਧਰਮ ਦੇ ਕੰਮ ਦੇ ਨਾਲ ਨਾਲ ਇੱਕ ਹੋਰ ਵੀ ਜਿਹੜਾ ਹਿਊਮੈਨਿਟੀ ਦਾ ਕੰਮ ਹੈ ਉਹ ਵੀ ਇੱਥੇ ਕੀਤਾ ਜਾ ਰਿਹਾ। ਇਸ ਕਰਕੇ ਖੂਨਦਾਨ ਹੈ ਜਿਵੇਂ ਕਿ ਆਪਾਂ ਕਹਿੰਦੇ ਹਾਂ ਵੀ ਸਭ ਤੋਂ ਵੱਡਾ ਦਾਨ ਹੈ। ਹਾਂ, ਖਾਸ ਤੌਰ 'ਤੇ ਰਜਿੰਦਰ, ਇੱਕ ਹੋਰ ਜਿਹੜੀ ਚੰਗੀ ਗੱਲ ਹੈ, ਇਸ ਟਰੱਸਟ ਨੂੰ ਰਜਿੰਦਰਾ ਹੋਸਪਿਟਲ ਵੱਲੋਂ ਕਿਹਾ ਗਿਆ ਸੀ ਵੀ ਖੂਨ ਦੀ ਕਮੀ ਹੈ, ਇਹਨਾਂ ਨੇ ਇੱਕਦਮ ਪਲੈਨ ਕਰਕੇ ਦਿੱਤਾ ਅਤੇ ਇਸ ਕਰਕੇ ਇਹਨਾਂ ਨੂੰ ਸਾਰੇ ਪ੍ਰਬੰਧਕਾਂ ਨੂੰ ਮੈਂ ਕੰਗ੍ਰੈਚੁਲੇਟ ਕਰ